ਗਿੱਪੀ ਪਹਿਲਾਂ ਤੁਸੀਂ ਦੱਸੋ ਕੋਈ ਤਿੰਨ ਸਵਾਲ ਜਿਨ੍ਹਾਂ ਦੇ ਜਵਾਬ ਦੇ ਕੇ ਤੁਸੀਂ ਅੱਕ ਚੁੱਕੇ ਹੋ ਖੇਗਲ ਵਾਲੀ ਲਾਈਫ ਬਾਰੇ ਦੱਸੋ ਜੀ ਕੀ ਚੇਂਜ ਕੀ ਚੇਂਜ ਕੀ ਪਸੰਦ ਬਸ ਫਿਰ ਇਹਨਾਂ ਤਿੰਨਾਂ ਸਵਾਲਾਂ ਦੇ ਤੁਸੀਂ ਜਵਾਬ ਦੇ ਦਿਓ ਪਹਿਲਾਂ ਪੰਜਾਬੀ ਇੰਡਸਟਰੀ ਦਾ ਕੋਈ ਇੱਕ ਡਾਇਰੈਕਟਰ ਜਿਹਦੇ ਨਾਲ ਤੁਸੀਂ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਹੋਵੋਗੇ ਮੈਂ ਤਾਂ ਫਿਰ ਵੀ ਕਰਾਈ ਲੂੰਗਾ ਮੇਰਾ ਹੀ ਨਾਲ ਲੈ ਦੇਂਗੇ ਤਾਂ ਬਚ ਜਾਊਗਾ ਕੋਈ ਲੋਕ ਹੈ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸੇ ਆ ਗਏ ਆ ਜਿਹੜੇ ਬੰਦੇ ਆ ਪਤਾ ਨਹੀਂ ਪੇਂਟਿੰਗਾਂ ਜੀਆਂ ਖਰੀਦਦੇ ਨੇ ਕੜੀਆਂ ਜੀ ਪਾਉਂਦੇ ਆ ਨਾ ਉਹ ਥੋੜ੍ਹਾ ਜਿਹਾ ਐਕਸੈਸ ਤੋਂ ਬਾਅਦ ਮੈਨੂੰ ਲੱਗਦਾ ਕੁੜੀਆਂ ਬੈਡ ਡਰਾਈਵਰ ਸੱਚੀ ਮੈਂ ਆਪ ਬਹੁਤ ਬੈਡ ਡਰਾਈਵਰ ਹਾਂ ਪਹਿਲੇ ਤੂੰ ਆਈ ਨੋ ਮੈਂ ਨਹੀਂ ਮੈਂ ਸਰਗੁਣ ਨਾਲ ਵੀ ਬੈਠੀ ਹਾਂ ਸਰਗੁਣ ਐਡੀ ਘਟੀਆ ਡਰਾਈਵਰ ਹਾਂ ਮੈਂ ਕਿਵੇਂ ਹੋ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਠੀਕ ਠਾਕ ਹੈ ਕਿਵੇਂ ਚੱਲੀ ਜਾਂਦਾ ਹੈ ਬਹੁਤ ਵਧੀਆ ਚੱਲ ਰਿਹਾ ਬਹੁਤ ਥੱਕੇ ਹੋਏ ਲੱਗ ਰਹੇ ਹੋ ਤੁਸੀਂ ਤਿੰਨੋਂ ਇਹ ਸਹੀ ਫੜਿਆ ਤੁਸੀਂ ਅਸੀਂ ਅਕਾਤਾ ਤੁਹਾਨੂੰ ਅੱਜ ਨਹੀਂ ਤੁਸੀਂ ਨਹੀਂ ਜੀ ਵੈਸੇ ਹੀ ਸਵੇਰ ਤੋਂ ਚੱਲ ਰਿਹਾ ਪ੍ਰਮੋਸ਼ਨ ਜੱਟ ਨੂੰ ਚੜੇਲ ਟੱਕਰੀ ਚੜੇਲਾਂ ਨੇ ਧੂੰਆਂ ਕੱਢਤਾ ਅੱਛਾ ਮੈਂ ਨਾ ਸੁਰੀਲੀ ਹਾਂ ਤੇ ਮੈਂ ਤੁਹਾਨੂੰ ਆਪਣੀ ਟੇਪ 'ਚ ਰਿਕਾਰਡ ਕਰਨ ਆਇਆ ਤਿਆਰ ਹੋ ਫਿਰ ਮੇਰੀ ਟੇਪ ਦਾ ਹਿੱਸਾ ਬਣਨ ਲਈ ਬਿਲਕੁਲ ਜੀ ਚਲੋ ਫਿਰ ਗਿੱਪੀ ਪਹਿਲਾਂ ਤੁਸੀਂ ਦੱਸੋ ਕੋਈ ਤਿੰਨ ਸਵਾਲ ਜਿਨ੍ਹਾਂ ਦੇ ਜਵਾਬ ਦੇ ਕੇ ਤੁਸੀਂ ਅੱਕ ਚੁੱਕੇ ਹੋ ਜਵਾਬ ਦੇ ਕੇ ਮੈਂ ਅੱਕ ਚੁੱਕਿਆ ਵਾਂ ਕਿ ਆਪਣੀ ਥੋੜ੍ਹੀ ਜਿਹੀ ਸਟਰਗਲ ਵਾਲੀ ਲਾਈਫ ਬਾਰੇ ਦੱਸੋ ਉਹ ਕਿੱਦਾਂ ਦੀ ਹੈ ਅਤੇ ਇਸ ਫਿਲਮ ਦੇ ਵਿੱਚ ਕੀ ਵੱਖਰਾ ਹੈ ਅਤੇ ਤੁਸੀਂ ਆਪਸ ਦੇ ਜਿਵੇਂ ਸਰਗੁਣਾ ਫਿਲਮ ਹੈ ਅਤੇ ਤੁਸੀਂ ਇਹਦੇ ਵਿੱਚ ਕੀ ਚੇਂਜ ਦੇਖੀ ਇਹਨੇ ਮੇਰੇ 'ਚ ਕੀ ਚੇਂਜ ਦੇਖੀ ਇੱਦਾਂ ਦੇ ਬਹੁਤ ਸਵਾਲ ਨੇ ਜੀ ਬਸ ਫਿਰ ਇਹਨਾਂ ਤਿੰਨਾਂ ਸਵਾਲਾਂ ਦੇ ਤੁਸੀਂ ਮੈਨੂੰ ਜਵਾਬ ਦੇ ਦਿਓ ਪਹਿਲਾਂ ਨਹੀਂ ਨਹੀਂ ਮੈਂ ਤੁਹਾਨੂੰ ਤੰਗ ਨਹੀਂ ਕਰਨਾ ਸਰਗੁਣ ਅਤੇ ਰੂਪੀ ਕੁੜੀਆਂ ਨੂੰ ਇੰਪ੍ਰੈਸ ਕਰਨ ਦਾ ਸਭ ਤੋਂ ਬੇਸਿਕ ਤਰੀਕਾ ਕੀ ਹੈ ਉਹਨਾਂ ਨੂੰ ਇਗਨੋਰ ਕਰ ਦਿਓ ਮੈਂ ਕਹਿਣਾ ਸੀ ਉਹਨਾਂ ਨੂੰ ਰਿਸਪੈਕਟ ਸ਼ੋਅ ਕਰੋ ਤਿੰਨ ਚੀਜ਼ਾਂ ਜੋ ਇੱਕ ਮੁੰਡੇ ਨੂੰ ਆਪੋਜ਼ਿਟ ਚੀਜ਼ਾਂ ਗਈਆਂ ਨਾ ਗਿੱਪੀ ਕੋਈ ਤਿੰਨ ਚੀਜ਼ਾਂ ਦੱਸੋ ਜੋ ਇੱਕ ਮੁੰਡੇ ਨੂੰ ਬਿਲਕੁਲ ਵੀ ਨਹੀਂ ਕਰਨੀਆਂ ਚਾਹੀਦੀਆਂ ਇੱਕ ਕੁੜੀ ਨੂੰ ਇੰਪ੍ਰੈਸ ਕਰਨ ਲਈ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਝੂਠ ਨਹੀਂ ਬੋਲਣਾ ਚਾਹੀਦਾ ਜਿਹੜਾ ਸਭ ਤੋਂ ਵੱਧ ਬੋਲਿਆ ਜਾਂਦਾ ਅਤੇ ਹੋਰ ਮਤਲਬ ਝੂਠ ਇੱਕੇ ਚੀਜ਼ ਹੋ ਗਈ ਮਤਲਬ ਕਿ ਫਾਲਤੂ ਸ਼ੋਸ਼ੇ ਨਹੀਂ ਕਰਨੇ ਚਾਹੀਦੇ ਜਿਵੇਂ ਕਈ ਵਾਰੀ ਮੁੰਡੇ ਅੱਜ ਕੱਲ੍ਹ ਆਸ਼ਕੀ ਮਾਰ ਲਈ ਕਿਸੇ ਦੀ ਗੱਡੀ ਲੈ ਜਾਂਦੇ ਆ ਕਿਸੇ ਦੀਆਂ ਚੀਜ਼ਾਂ ਕਰਦੇ ਆ ਉਹ ਨਹੀਂ ਕਰਨਾ ਚਾਹੀਦਾ ਹੈਗਾ ਔਰ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ ਹੈਗੇ ਵੀ ਮੈਂ ਬਾਅਦ 'ਚ ਬੜੇ ਤਾਰੇ ਤੋੜ ਲੂੰਗਾ ਬਾਅਦ ਤਾਰੇ ਟੁੱਟਦੇ ਨਹੀਂ ਹੈਗੇ ਫਿਰ ਰਿਸ਼ਤੇ ਟੁੱਟ ਜਾਂਦੇ ਨੇ ਹੈ ਨਾ ਸੋ ਇੱਦਾਂ ਦੀਆਂ ਚੀਜ਼ਾਂ ਰੂਪੀ ਬਾਲੀਵੁੱਡ ਦੇ ਕੋਈ ਦੋ ਕਲਾਕਾਰ ਦੱਸੋ ਜਿਹੜੇ ਡੇਟ ਕਰਨ ਤਾਂ ਬੜੇ ਚੰਗੇ ਲੱਗਣਗੇ ਮਤਲਬ ਕਿਆ ਹੀ ਬਾਤ ਹੈ ਇੰਨੀ ਸੋਹਣੀ ਜੋੜੀ ਲੱਗੂਗੀ ਬਾਲੀਵੁੱਡ ਦੇ ਮੁੰਡਾ ਕੁੜੀ ਵੈਸੇ ਉਦਾਂ ਡੇਟ ਦਾ ਤਾਂ ਪਤਾ ਨਹੀਂ ਪਰ ਉਦਾਂ ਮੈਨੂੰ ਐਜ਼ ਅ ਜੋੜੀ ਦਲਜੀਤ ਅਤੇ ਨੀਰੂ ਜੀ ਬੜੇ ਵਧੀਆ ਲੱਗਦੇ ਨੇ ਬਟ ਔਨ ਸਕਰੀਨ ਓਕੇ ਮਤਲਬ ਉਹਨਾਂ ਦੀ ਕੈਮਿਸਟਰੀ ਸਭ ਤੋਂ ਬੈਸਟ ਲੱਗਦੀ ਹੈ ਤੁਹਾਨੂੰ ਆਲ ਰਾਈਟ ਪੰਜਾਬੀ ਇੰਡਸਟਰੀ ਦਾ ਕੋਈ ਇੱਕ ਡਾਇਰੈਕਟਰ ਇਹ ਗਿੱਪੀ ਸਿਰਫ ਤੁਹਾਡੇ ਲਈ ਸਵਾਲ ਨਹੀਂ ਹੈ ਬਾਕੀ ਦੋਨਾਂ ਲਈ ਹੈ ਪੰਜਾਬੀ ਇੰਡਸਟਰੀ ਦਾ ਕੋਈ ਇੱਕ ਡਾਇਰੈਕਟਰ ਜਿਹਦੇ ਨਾਲ ਤੁਸੀਂ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਹੋ ਜਾਓਗੇ ਮੈਂ ਗਿੱਪੀ ਗਰੇਵਾਲ ਨਾਲ ਕੰਮ ਕਰ ਸਕਦਾ ਤੁਸੀਂ ਸਰਗੁਣ ਮੈਂ ਤਾਂ ਫਿਰ ਵੀ ਕਰਾਈ ਲੂੰਗਾ ਮੇਰਾ ਹੀ ਨਾਲ ਲੈ ਦੇਂਗੇ ਤਾਂ ਬਚ ਜਾਏਗੀ ਮੈਂ ਤਾਂ ਤੱਕੇ ਵੀ ਕਰਾ ਕਰੂ ਲੂੰਗਾ ਮੇਰੀ ਮੇਰੀ ਫਿਲਮ ਆ ਮੈਂ ਡਾਇਰੈਕਟ ਕਰ ਰਿਹਾ ਪਤਾ ਲੱਗੇ ਮੈਂ ਬੋਲਤਾ ਫਿਰ ਤਾਂ ਪੱਕਾ ਹੀ ਲੈ ਲਿਆ ਉਹ ਮੈਂ ਤਾਂ ਮੂਵੀ ਕਰਾ ਲਊਂ ਜੇ ਕਿਸੇ ਹੋਰ ਦਾ ਲਾ ਲੈਣਾ ਉਹ ਵੀ ਕਨਫਰਮ ਹੋ ਜੂਗਾ ਮੈਂ ਕਹੂੰਗਾ ਉਹਦੇ ਨਾਲ ਕਰੇਗੀ ਸਾਡੇ ਨਾਲ ਹੀ ਕਰ ਲਾਂ ਮੈਂ ਕਿਸੇ ਦੇ ਨਾਲ ਫ੍ਰੀ ਚ ਕੰਮ ਨਹੀਂ ਕਰੂੰਗੀ ਬਿਲਕੁਲ ਸਰਗੁਣ ਸਰ ਸਰਗੁਣ ਕਿਸੇ ਗੁੱਡ ਪ੍ਰੋਡਿਊਸਰ ਨਾਲ ਫ੍ਰੀ ਚ ਕੰਮ ਕਰ ਸਕਦੀ ਆ ਪਰ ਡਾਇਰੈਕਟਰ ਨਾਲ ਰਾਈਟ ਨਾ ਡਿਪੈਂਡ ਕਰਦਾ ਇਸ ਸਿਚੁਏਸ਼ਨ 'ਚ ਇਹੀ ਹੋਇਆ ਸੀ ਜੱਟ ਨੂੰ ਚੜੇਲ ਟੱਕਰੀ ਨਾ 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 ਤੁਹਾਡੇ ਮੁਤਾਬਿਕ ਇਸ ਟਾਈਮ ਸਭ ਤੋਂ ਜ਼ਿਆਦਾ ਇਨਫਲੂਐਂਸ਼ੀਅਲ ਸੈਲੀਬ੍ਰਿਟੀ ਕਿਹੜਾ ਜਿਹਦਾ ਇਨਫਲੂਐਂਸ ਬਹੁਤ ਤਗੜਾ ਹੈ ਜਿਹਦਾ ਇਸ ਟਾਈਮ ਤੇ ਪ੍ਰਭਾਵ ਹਾਂਜੀ ਦੇਖੋ ਹਰ ਡਿਪੈਂਡ ਕਰਦਾ ਕਿਹੜਾ ਬੰਦਾ ਕਿਸ ਬੰਦੇ ਨੂੰ ਲਾਈਕ ਕਰਦਾ ਵਾ ਕਿਸ ਤਰ੍ਹਾਂ ਦਾ ਲਾਈਕ ਕਰਦਾ ਵਾ ਜਿਹੜੇ ਯੂਥ ਵਾਲੇ ਮੁੰਡੇ ਨੇ ਕੋਈ ਜਿੱਦਾਂ ਏਪੀ ਢਿੱਲੋਂ ਕਰਨ ਔਜਲਾ ਉਹਨਾਂ ਦਾ ਇੱਕ ਅਲੱਗ ਇਨਫਲੂਐਂਸ ਆ ਉਸ ਕੈਟੇਗਰੀ ਦੇ ਉੱਤੇ ਸਿੱਧੂ ਦਾ ਬਹੁਤ ਜ਼ਿਆਦਾ ਸੀ ਸਾਰਿਆਂ ਦੇ ਉੱਤੇ ਸੋ ਉਹ ਸੋ ਮੈਨੂੰ ਲੱਗਦਾ ਕਿ ਡਿਪੈਂਡ ਕਰਦਾ ਆਰਟਿਸਟ ਟੂ ਆਰਟਿਸਟ ਮੇਰੇ ਲਈ ਸ਼ਾਹਰੁਖ ਖਾਨ ਫੋਰਐਵਰ ਲਵ ਕਰਦਾ ਨਹੀਂ ਬਟ ਜੈਨੂਇਨਲੀ ਮਤਲਬ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਕੋਈ ਇੰਟਰਵਿਊ ਵੀ ਸੁਣਾ ਪਾਵੇਂ ਤਾਂ ਮੈਂ ਉਹਨਾਂ ਤੋਂ ਕੁਝ ਸਿੱਖਦੀ ਹਾਂ ਮੈਂ ਲਿਟਰਲੀ ਆਈ ਥਿੰਕ ਇਜ਼ ਵਿਟ ਉਹਨਾਂ ਦਾ ਉਹਨਾਂ ਦੀ ਨੌਲੇਜ ਅਬਾਊਟ ਐਵਰੀਥਿੰਗ ਉਹ ਕਿਵੇਂ ਆਪਣੇ ਆਪ ਨੂੰ ਹੈਂਡਲ ਕਰਦੇ ਆ ਉਹ ਕਿਵੇਂ ਅੱਜ ਤੱਕ ਟੌਪ 'ਤੇ ਨੇ
ਸਾਰੀਆਂ ਚੀਜ਼ਾਂ ਸਿੱਖਣ ਵਾਲੀਆਂ ਸੋ ਆਈ ਥਿੰਕ ਹਿਮ ਹੇਅਰਸ ਟੂ ਦ ਕਿੰਗ ਹੇਅਰਸ ਟੂ ਦ ਕਿੰਗ ਬਹੁਤ ਜ਼ਿਆਦਾ ਪੈਸੇ ਆਉਣ ਤੋਂ ਬਾਅਦ ਕੋਈ ਐਸੀ ਚੀਜ਼ ਪਤਾ ਲੱਗੀ ਹੈ ਤੁਹਾਨੂੰ ਵੀ ਤੁਹਾਨੂੰ ਇੱਦਾਂ ਫੀਲ ਹੋਇਆ ਹੋਵੇ ਯਾਰ ਇਹ ਵੀ ਐਗਜ਼ਿਸਟ ਕਰਦੀ ਹੈ ਪਹਿਲੇ ਬਹੁਤ ਜ਼ਿਆਦਾ ਪੈਸੇ ਦਿਓ ਤਾਂ ਹੀ ਪਤਾ ਲੱਗੂ ਮੈਨੂੰ ਦੱਸਾਂ ਪੈਸੇ ਇੱਕ ਇੱਦਾਂ ਦੀ ਚੀਜ਼ ਹੈ ਤੁਹਾਡੇ ਕੋਲ ਜਿੰਨੇ ਮਰਜ਼ੀ ਆ ਜਾਣਾ ਤੁਹਾਨੂੰ ਕਦੇ ਬਹੁਤ ਜ਼ਿਆਦਾ ਨਹੀਂ ਲੱਗਦਾ ਬਿਲਕੁਲ ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਲਾਗੂ ਹੀ ਨਹੀਂ ਹੁੰਦੀ ਹਾਂ ਪਰ ਮੈਨੂੰ ਹੁਣ ਪਤਾ ਲੱਗਿਆ ਕਿਉਂਕਿ ਕੋਈ ਲੋਕ ਹੈ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸੇ ਆ ਗਏ ਆ ਉਹਨਾਂ ਨੇ ਮੈਨੂੰ ਫਿਰ ਦੱਸਿਆ ਕਿ ਘੜੀਆਂ ਵੀ ਮਤਲਬ ਕਿਵੇਂ ਕਿੰਨਾ ਇੰਪੋਰਟੈਂਟ ਐਸੈਟ ਹੁੰਦੀਆਂ ਪਹਿਲਾਂ ਸਾਨੂੰ ਮਤਲਬ ਮੈਨੂੰ ਲੱਗਦਾ ਲੋਅ ਇਨਕਮ ਅਤੇ ਮਿਡਲ ਇਨਕਮ ਨੂੰ ਲੱਗਦਾ ਸਿਰਫ ਪ੍ਰੋਪਰਟੀਜ਼ 'ਚ ਕੰਮ ਹੁੰਦਾ ਬਟ ਉਹਦੇ ਬਾਅਦ ਇੱਕ ਹਾਈ ਲੈਵਲ 'ਚ ਆਰਟ ਜਿਹੜੇ ਬੰਦੇ ਆ ਪਤਾ ਨਹੀਂ ਪੇਂਟਿੰਗਾਂ ਜਿਹੀਆਂ ਖਰੀਦਦੇ ਨੇ ਘੜੀਆਂ ਜਿਹੀਆਂ ਪਾਉਂਦੇ ਆ ਨਾ ਉਹ ਥੋੜ੍ਹਾ ਜਿਹਾ ਐਕਸੈਸ ਤੋਂ ਬਾਅਦ ਹਾਂ ਮੈਨੂੰ ਪਤਾ ਲੱਗੇ ਮੈਂ ਨੈਕਲੈਸ ਨੈਕਲੈਸਿਸ ਵੀ ਜੀ 'ਤੇ ਜੀ ਲਿਖਿਆ ਹੋਵੇ ਮੇਰੇ ਨੈਕਲੈਸਿਸ ਤਾਂ ਬਚਪਨ ਤੋਂ ਹੀ ਪਤਾ ਨਾ ਕਿ ਮਹਿੰਗੇ ਆ ਹਾਂ ਘੜੀਆਂ ਗਹਿਣਾ ਤਾਂ ਪਤਾ ਹੀ ਆ ਨਾ ਘੜੀਆਂ ਹੋ ਜਾਂਦਾ ਇਹ ਸਿੱਧਾ ਟਾਰਗੇਟ ਹੋ ਰਿਹਾ ਹੈ ਤੁਸੀਂ ਸਭ ਤੋਂ ਵੱਧ ਆਪਣੀ ਲਾਈਫ ਵਿੱਚ ਕਿਹਨੂੰ ਟਰੱਸਟ ਕਰਦੇ ਹੋ ਇੱਕ ਇੱਕ ਕਰਕੇ ਪਹਿਲਾਂ ਰੂਪੀ ਤੁਸੀਂ ਆਪਣੀ ਮੰਮੀ ਨੂੰ ਕੀ ਬਾਤ ਹੈ ਕਿਪੀ ਤੁਸੀਂ ਮੈਂ ਆਪਣੀ ਵਾਈਫ ਨੂੰ ਤੇ ਕਿਉਂ ਵਾਈਫ ਨੂੰ ਇੰਨਾ ਜ਼ਿਆਦਾ ਟਰੱਸਟ ਕਿਉਂ ਐਕਚੁਅਲੀ ਕੀ ਹੈ ਕਿ ਮੈਨੂੰ ਲੱਗਦਾ ਕਿ ਹਸਬੈਂਡ ਵਾਈਫ ਦਾ ਰਿਲੇਸ਼ਨ ਸਾਰਾ ਟਰੱਸਟ ਦੇ ਉੱਤੇ ਹੁੰਦਾ ਜੀ ਸੋ ਉਹ ਜੇ ਤੁਹਾਡਾ ਟਰੱਸਟ ਨਹੀਂ ਹੈ ਤਾਂ ਉਹ ਰਿਲੇਸ਼ਨ ਦੇ ਵਿੱਚ ਕੁਛ ਵੀ ਨਹੀਂ ਰਹਿੰਦਾ ਕਿਉਂਕਿ ਫਿਰ ਵੀ ਜੇ ਪੇਰੈਂਟਸ ਆ ਜਾਂ ਕੋਈ ਆ ਉਹ ਜਿਹੜੇ ਰਿਸ਼ਤੇ ਨੇ ਉਹ ਤੁਹਾਡੇ ਨਾਲ ਬਣੇ ਹੀ ਰਹਿੰਦੇ ਨੇ ਚਾਹੇ ਤੁਹਾਡੀ ਅਣਬਣ ਹੋ ਜਾਵੇ ਚਾਹੇ ਕੁਛ ਹੋ ਜਾਵੇ ਮਾਂ ਲਈ ਪੁੱਤ ਪਿਆਰਾ ਹੀ ਹੁੰਦਾ ਵਾ ਪੁੱਤ ਨੂੰ ਮਾਂ ਉਵੇਂ ਹੀ ਰਹਿੰਦੀ ਆ ਸੋ ਉਹਨਾਂ ਨਾਲ ਇੱਕ ਡਿਫਰੈਂਟ ਜਿਹੜਾ ਟਰੱਸਟ ਦਾ ਖਾਸ ਕਰਕੇ ਉਹ ਆ ਉਹ ਇੱਕ ਹਸ ਜਾਂ ਗਰਲਫ੍ਰੈਂਡ ਬੋਏਫ੍ਰੈਂਡ ਜਾਂ ਕੋਈ ਵੀ ਤੁਹਾਡਾ ਲਾਈਫ ਪਾਰਟਨਰ ਆ ਉਹਦੇ ਲਈ ਉਹ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ ਸਰਗੁਣ ਤੁਹਾਡੇ ਲਈ ਮੈਂ ਪਹਿਲਾਂ ਕਹਿਣ ਵਾਲੀ ਸੀ ਸੇਮ ਮੈਂ ਕਿਹਾ ਫਿਰ ਲੱਗੂਗਾ ਕਿ ਮੈਂ ਇਹਨਾਂ ਦੀ ਵਾਈਫ 'ਤੇ ਟਰੱਸਟ ਕਰਦੀ ਹਾਂ ਸੇਮ ਹਸਬੈਂਡ ਮੈਂ ਆਪਣੇ ਹਸਬੈਂਡ ਨੂੰ ਟਰੱਸਟ ਕਰਦੀ ਹਾਂ ਰਵ ਪਤਾ ਲੱਗਿਆ ਫਿਰ ਰਵਨੀਤ ਜੀ ਕਹਿ ਰਹੇ ਥੈਂਕ ਯੂ ਦੇਖਿਓ ਤੁਸੀਂ ਵੀ ਮੇਰੇ ਟਰੱਸਟ ਕਰਦੇ ਤੇ ਤੁਹਾਨੂੰ ਸਭ ਤੋਂ ਵੱਧ ਟਰੱਸਟ ਉਹਨਾਂ 'ਤੇ ਕਿਉਂ ਹੈ ਮਤਲਬ ਕਿਉਂ ਨਹੀਂ ਹੋਊਗਾ ਵੀ ਮੈਨੂੰ ਨਹੀਂ ਪਤਾ ਕਿਉਂ ਮੈਂ ਤਾਂ ਹਮੇਸ਼ਾ ਇਹੀ ਕਹਿੰਦੀ ਹਾਂ ਕਿ ਮੇਰੀ ਲਾਈਫ ਉਹਨੇ ਬਣਾਈ ਆ ਲਾਈਕ ਹੀ ਆਫਟਰ ਮਾਈ ਪੇਰੈਂਟਸ ਜੇ ਕਿਸੇ ਨੇ ਮੈਨੂੰ ਰਾਹ ਦਿਖਾਇਆ ਮੈਨੂੰ ਸਿਖਾਇਆ ਮੈਨੂੰ ਇੱਥੇ ਤੱਕ ਲੈ ਕੇ ਆਇਆ ਤਾਂ ਉਹ ਆ ਸੋ ਕੋਈ ਇੱਕ ਗਾਣਾ ਸੁਣਾ ਦਿਓ ਗਿੱਪੀ ਜਿਹੜਾ ਉਸ ਵਕਤ ਨਾਲ ਜਦ ਤੁਸੀਂ ਗਾਣਾ ਸ਼ੁਰੂ ਨਹੀਂ ਕੀਤਾ ਸੀ ਤਦ ਤੁਹਾਡੇ ਬੁੱਲਾਂ 'ਤੇ ਚੜਿਆ ਹੋਇਆ ਸੀ ਆਹ ਸਵਾਲ ਮੇਰੇ ਤੋਂ ਵੀ ਪੁੱਛੋਗੇ ਨਾ ਹਾਂਜੀ ਫਿਰ ਠੀਕ ਸਾਡੇ ਜਾਣ ਤੋਂ ਬਾਅਦ ਪੁੱਛੋ ਸੇਮ ਹੋਣਾ ਚਾਹੀਦਾ ਹੁਣ ਮੈਂ ਬਹੁਤ ਗਾਣੇ ਹੁਣ ਤਾਂ ਬਹੁਤ ਪਿੱਛੇ ਚਲੇ ਗਏ ਕੋਈ ਇੱਕ ਗਾਣਾ ਐਵੇਂ ਜਿਹੜਾ ਤੁਹਾਡਾ ਨਹੀਂ ਹੈ ਪਰ ਤੁਸੀਂ ਗੁਣਗੁਣਾਇਆ ਬਹੁਤ ਹੈ ਤੁਹਾਨੂੰ ਬਹੁਤ ਚੰਗਾ ਲੱਗਿਆ ਹੋ ਤੇਰੇ ਟਿੱਲੇ ਤੋਂ ਹੋਏ ਸੂਰਤ ਦੀ ਦਿਆ ਹੀਰ ਦੀ ਔਲਾ ਵੇਖ ਗੋਰ ਖਾ ਉੜਦੀ ਆ ਫੁਲਕਾਰੀ ਹਾਉ ਵਾਹ ਬਈ ਕੰਗੜੇ ਪਾਏ ਪਿੱਛੇ ਤੁਸੀਂ ਸਾਰੇ ਨਹੀਂ ਅੱਛਾ ਮੈਂ ਤੁਹਾਨੂੰ ਦੋ ਸਟੇਟਮੈਂਟਸ ਦੇਣੀਆਂ ਨੇ ਹੁਣ ਤੁਸੀਂ ਇੱਕ ਪਿੱਕ ਕਰਨੀ ਹੈ ਕਿਉਂ ਪਿੱਕ ਕੀਤੀ ਇਹ ਦੱਸਣਾ ਪਹਿਲੀ ਸਰਗੁਣ ਤੁਹਾਡੇ ਲਈ ਮੁੰਡੇ ਜ਼ਿਆਦਾ ਕੰਜੂਸ ਹੁੰਦੇ ਨੇ ਜਾਂ ਕੁੜੀਆਂ ਜ਼ਿਆਦਾ ਖਰਚੀਲੀਆਂ ਹੁੰਦੀਆਂ ਨੇ ਮੁੰਡੇ ਜ਼ਿਆਦਾ ਕੰਜੂਸ ਹੁੰਦੇ ਆ ਅਸੀਂ ਕਿੱਥੇ ਖਰਚਦੇ ਹਾਂ ਯਾਰ ਮੈਂ ਤਾਂ ਕਦੇ ਕੁੜੀਆਂ ਨੂੰ ਖਰਚਦੇ ਨਹੀਂ ਦੇਖਿਆ ਮੈਂ ਤਾਂ ਮੇਰੀ ਮੰਮੀ ਵੀ ਜਦੋਂ ਖਰਚਦੀ ਆ ਜਾਂ ਮੇਰੇ ਲਈ ਕੱਪੜੇ ਲੈ ਕੇ ਆਊਗੀ ਜਾਂ ਕਿਸੇ ਲਈ ਕੁਛ ਲੈ ਕੇ ਆਊਗੀ ਜਾਂ ਘਰ ਲਈ ਕੁਛ ਲੈ ਕੇ ਆਊਗੀ ਆਪ ਦੇ ਉੱਤੋਂ ਤਾਂ ਖਰਚਦੀਆਂ ਹੀ ਨਹੀਂ ਤਾਂ ਮੈਨੂੰ ਲੱਗਦਾ ਮੁੰਡੇ ਹੀ ਕੰਜੂਸ ਹੁੰਦੇ ਸਵੇਰ ਜਿਹੜੀ ਜੈਕਟ ਪਾਈ ਸੀ ਮੈਂ ਉਹ ਮੰਗੀ ਉਹ ਵੀ ਨਹੀਂ ਦਿੱਤੀ ਮੈਂ ਕਿਹਾ ਚਲੋ ਸ਼ੂਜ਼ ਦੇ ਦੋ ਉਹ ਵੀ ਨਹੀਂ ਦਿੱਤੇ ਹੁਣ ਆਹ ਮੰਗਿਆ ਆਹ ਵੀ ਨਹੀਂ ਦਿੱਤਾ ਮੈਂ ਖਰਚੀਲੀ ਤਾਂ ਨਹੀਂ ਹੋਈ ਕਿਉਂਕਿ ਮੈਂ ਤੇ ਕੁਛ ਨਹੀਂ ਖਰਚ ਕੀਤਾ ਸਿਵਾਏ ਆਪਦੀ ਐਨਰਜੀ ਦੇ ਬਿਲਕੁਲ ਤੇ ਸੈਲਫ ਰਿਸਪੈਕਟ ਦੀ ਥੋੜੀ ਜੀ ਹੈ ਨਾ ਤੇ ਈਗੋ ਦੀ ਥੋੜੀ ਜੀ ਬਟ ਇਹਨਾਂ ਨੇ ਦਿੱਤਾ ਨਹੀਂ ਇਹਨਾਂ ਦੇ ਕੀ ਜਾ ਰਹੇ ਸੀ ਕੁਛ ਨਹੀਂ ਆ ਕੰਜੂਸ ਨਹੀਂ ਨਹੀਂ ਕਿਉਂ ਨਹੀਂ ਦਿੱਤਾ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਸਭ ਤੋਂ ਵੱਡਾ ਰੀਜ਼ਨ ਇਹ ਸੀਗਾ ਕੰਜੂਸ ਕਿ ਪ੍ਰੋਡਿਊਸਰ ਇਹ ਹੈ ਮੈਂ ਥੋੜੀ ਆ ਠੀਕ ਆ ਫਰਜ਼ ਇਹਨਾਂ ਦਾ ਬਣਦਾ ਵਾ ਮੈਂ ਤੈਨੂੰ ਕਿਹਾ ਨਹੀਂ ਗਿਆ ਵੀ ਆਪਾਂ ਪ੍ਰੋਮੋਸ਼ਨਾਂ ਤੇ ਚੱਲ ਰਹੇ ਹਾਂ ਜੀ ਮੈਨੂੰ ਪ੍ਰੋਮੋਸ਼ਨਾਂ ਲਈ ਕੱਪੜੇ ਦਿਓ ਮੈਨੂੰ ਫਲਾਣ ਤੋਂ ਮੈਂ ਕਿਹਾ ਨੋ ਸਰਗੁਣ ਮੈਂ ਖੁਦ ਲੈ ਕੇ ਆਉਂਗਾ ਐਜ਼ ਅ ਫਰੈਂਡ ਮੰਗਿਆ ਮੈਂ ਉਹ ਯਾਰ ਫਿਲਮ ਮੁੱਕਣ ਤੋਂ ਬਾਅਦ ਮੰਗਿਓ ਉਹ ਫਿਰ 15 ਤਰੀਕ ਤੋਂ ਹਲੇ ਤੱਕ ਆਪਾਂ ਆਪਣਾ ਬਿਜ਼ਨਸ ਸਟਾਕ ਚੱਲ ਰਿਹਾ ਹੈ ਗਾਇਸ 16 ਤਰੀਕ ਨੂੰ ਮੈਂ ਨਾ ਤੋਂ ਸਾਰੀਆਂ ਚੀਜ਼ਾਂ ਮੰਗੂਗੀ ਮੇਰੀ ਰਾਤ ਨੂੰ 15 ਦੀ ਫਲਾਈਟ ਗਿੱਪੀ ਮੁੰਡਿਆਂ ਨੂੰ ਮਨਾਉਣਾ ਨਹੀਂ ਆਉਂਦਾ ਜਾਂ ਕੁੜੀਆਂ ਹੀ ਵੱਧ ਰੁੱਸਦੀਆਂ ਨਹੀਂ ਕੁੜੀਆਂ ਵੱਧ ਰੁੱਸਦੀਆਂ ਮੈਨੂੰ ਐਸਾ ਕੁੜੀ ਵੀ ਇੱਦਾਂ ਲੱਗਦਾ ਪਤਾ ਨਹੀਂ ਕਿਉਂ ਮੈਂ ਆਪਣੇ ਆਪ 'ਚ ਵੀ ਦੇਖਿਆ ਅੱਛਾ ਮੈਂ ਤਾਂ ਬਿਲਕੁਲ ਨਹੀਂ ਰੁੱਸਦੀ
ਤੁਸੀਂ ਬਿਲਕੁਲ ਨਹੀਂ ਰੁੱਸਦੇ? ਨਹੀਂ ਮੈਂ ਰੁੱਸਦੀ ਨਹੀਂ ਕਦੇ, ਨਹੀਂ ਯਕੀਨ ਕਰ ਸਕਦੀ ਨਾ ਯਾਰ। ਇਹ ਜਿਹੜਾ ਚੜੇਲ ਹੈ ਕੁੜੀ ਥੋੜੀ ਹੈ, ਤੂੰ ਕੰਮ ਕਰ ਰਹਿੰਦਾ ਹੈਟਾ। ਅੱਛਾ ਰੂਪੀ ਲਾਸਟ ਤੁਹਾਡੇ ਲਈ। ਹਾਂਜੀ। ਇਹ ਇੰਨਾ ਭਾਰੀ ਸਵਾਲ ਹੈ ਨਾ ਕਿ ਮਤਲਬ ਜੇ ਤੁਸੀਂ ਇਹਦਾ ਜਵਾਬ ਆ ਦੇਖੋ ਤੁਸੀਂ ਗਲਤ ਪਿਕ ਕਰ ਲਿਆ ਨਾ ਬਸ ਮਤਲਬ ਮੁਸ਼ਕਿਲ ਹੋ ਜਾਣੀ ਹੈ। ਪਲੀਜ਼ ਦਿਓ ਸਵਾਲ। ਸਵਾਲ ਹੈ, ਕੁੜੀਆਂ ਜ਼ਿਆਦਾ ਬੈਡ ਡਰਾਈਵਰ ਨੇ ਜਾਂ ਮੁੰਡਿਆਂ ਦੇ ਹੀ ਵੱਧ ਚਲਾਨ ਕੱਟੇ ਜਾਂਦੇ ਆ? ਮੈਨੂੰ ਲੱਗਦਾ ਕੁੜੀਆਂ ਬੈਡ ਡਰਾਈਵਰ ਨੇ। ਸੱਚੀ ਮੈਂ ਆਪ ਬਹੁਤ ਬੈਡ ਡਰਾਈਵਰ ਹਾਂ। ਪਹਿਲੇ ਤੂੰ ਆਈ ਨਾ। ਮੈਂ ਨਹੀਂ, ਮੈਂ ਸਰਗੁਣ ਨਾਲ ਵੀ ਬੈਠੀ ਆ। ਐਡੀ ਘਟੀਆ ਡਰਾਈਵਰ ਆ ਮੈਂ। ਸਰਗੁਣ ਦੇ ਨਾਲ ਵੀ ਬੈਠੀ ਆ। ਮੇਰਾ ਰੱਬਾ ਸੋ ਲੱਗੇ। ਮੈਂ ਰਵੀ ਮੁੰਬਈ ਤੋਂ ਚੰਡੀਗੜ੍ਹ ਆ ਰਹੀ ਸੀ, ਮੈਂ ਡਰਾਈਵ ਕਰਕੇ ਆਈ ਆ 15 ਘੰਟੇ ਸਟ੍ਰੇਟ ਤੇ ਉਦੈਪੁਰ, ਉਹਦੇ ਬਾਅਦ ਇੱਧਰ ਤੱਕ ਵਾਪਸ ਵੀ ਮੈਂ ਗੱਡੀ ਲੈ ਕੇ ਗਈ ਆ। ਤੁਸੀਂ ਮੈਨੂੰ ਕਦੇ ਜਦੋਂ ਆਪਾਂ ਸ਼ੂਟਿੰਗ ਕਰਦੇ ਮੈਂ ਗੱਡੀ ਚਲਾ ਕੇ ਆਉਂਦੀ ਆ। ਮੈਂ ਬੋਲਾਂ ਹਾਂ, ਤੂੰ ਬੰਬੇ ਤੋਂ ਉਰੇ ਗੱਡੀ ਲੈ ਕੇ ਆਈ, ਹਾਂ ਤੂੰ ਚਲਾਈ, ਇਸ ਇਹ ਕਿੱਥੇ ਤੈਅ ਹੁੰਦਾ ਵਾ ਵੀ ਤੂੰ ਗੁੱਡ ਡਰਾਈਵਰ ਆ? ਇਹ ਤਾਂ ਰਵੀ ਦੱਸ ਸਕਦਾ ਨਾ ਜਿਹਨੇ ਜਾਨ। ਜਸਟ ਬਿਕਾਜ਼ ਤੁਸੀਂ ਡਰਾਈਵ ਕੀਤਾ ਇਹਦਾ ਮਤਲਬ ਇਹ ਥੋੜਾ ਸਾਬਤ ਹੁੰਦਾ ਵੀ ਵਧੀਆ ਕਿਤੋਂ ਦੱਸਦਾ? ਜਿਹੜੇ ਆਲੇ ਵਾਲੇ ਨੇ ਲੰਗੇ ਉਹਨਾਂ ਨੇ ਪੁੱਛ, ਪਤਾ ਕੀ ਜਿਹੜੇ ਕਹਿੰਦੇ ਅਸੀਂ ਜਾਨ ਤਲੀ ਤੇ ਧਰ ਕੇ ਸਾਨੂੰ ਪਤਾ ਸੀ ਗੱਡੀਆਂ ਕਿਵੇਂ ਬਚਾਵ ਚਾ ਕੱਚੇ ਚਲਾਈਆਂ ਨੇ। ਨੋ ਜਦੋਂ ਆਪਾਂ ਗੱਡੀ ਚ ਹੁੰਦੇ ਆ ਉਹਦੇ ਹੁੰਦੇ ਸੀ ਕਿ ਗੱਡੀ ਲੈ ਕੇ ਸਾਡੀ ਪੂਰੀ ਟੀਮ ਕਹਿੰਦੇ ਸੀ ਕਿ ਆ ਮੁੰਡੇ ਮੈਂ ਗੱਲ ਕਰਦੇ ਉਹ ਸਰਗੁਣ ਮੈਂ ਆਉਣੇ ਵਾਲੇ ਨੇ ਯਾਰ ਗੱਡੀਆਂ ਸਾਈਡ ਤੇ ਲਾ ਲਓ। ਝੂਠੇ ਇੱਕਦਮ ਕਰਦੇ, ਪਤਾ ਨਹੀਂ ਲੱਗਾ ਕਿਹੜੀ ਰੋਕਦੀ ਥੋੜੀ ਹੁੰਦੀ ਸੀ ਕਿ ਵੱਜ ਕੇ ਕਿੱਥੇ ਰੋਕਦੀ ਰੋਕਦੀ। ਝੂਠੇ ਇੱਕਦਮ ਕਰਦੇ। ਮੈਨੂੰ ਤਾਂ ਆਪ ਜਦੋਂ ਵੀ ਕੋਈ ਗੱਡੀ ਚ ਬੈਂਦਾ ਹੈ ਕਹਿੰਦਾ ਵੀ ਪ੍ਰੈਫਰ ਸਰਗੁਣ ਡਰਾਈਵਿੰਗ ਟੂ ਰਵੀ। ਇਨ ਫੈਕਟ ਆ ਛੱਡੋ ਤੁਸੀਂ ਇੱਕ ਵਾਰ ਸੌਂਗ ਨੂੰ ਪੁੱਛ ਲਾਈਫ ਨੂੰ ਪੁੱਛ ਲਿਓ, ਸਾਡੇ ਨਾਲ ਗੱਡੀ ਚ ਸੀਗੇ ਤੇ ਉਹਨਾਂ ਨੇ ਵੀ ਆ ਕਿਹਾ ਕਿ ਵੀ ਵੁੱਡ ਪ੍ਰੈਫਰ ਸਰਗੁਣ ਡਰਾਈਵ। ਝੂਠ ਬੋਲ ਕੇ ਹੋਣੇ ਨੇ ਬਿਚਾਰੇ। ਆਈ ਥਿੰਕ ਬਿਕਾਜ਼ ਕਿਉਂ ਝੂਠ ਬੋਲੂਗਾ ਕਿ ਸਰਗੁਣ ਫਾਸਟ ਚਲਾਉਂਦੇ ਆ ਤਾਂ ਸਾਰਿਆਂ ਨੂੰ ਹੁੰਦਾ ਵੀ ਜਲਦੀ ਜਲਦੀ ਪਹੁੰਚੇ। ਮੈਂ ਬੈਠੀ ਆ ਸਰਗੁਣ ਉਹਨਾਂ ਨਾਲ, ਫਾਸਟ ਬਹੁਤ ਚਲਾਉਂਦੇ ਆ ਬਟ ਗੁੱਡ ਤਾਂ ਹਾਏ ਮੇਰਾ ਰੱਬਾ ਇਹ ਡਨ ਹੋ ਗਿਆ, ਇਹ ਸਿੱਧ ਹੋ ਗਿਆ। ਕੀ ਕਰੀਏ, ਮੈਂ ਨਹੀਂ ਸਾਈਡ ਲੈ ਸਕਦੀ ਸਰਗੁਣ, ਆਮ ਸੋ ਸੌਰੀ। ਥੈਂਕ ਯੂ। ਭਾਰੇ ਪੈ ਗਏ ਗਿੱਪੀ ਤੇ ਗਰੂਪੀ ਤੁਹਾਡੇ ਦੋਵੇਂ ਬਿਲਕੁਲ ਗਲਤ ਨੇ। ਸਾਰੇ ਦੁਨੀਆ ਦੇ ਐਕਸੀਡੈਂਟ ਸਾਰੇ ਮੁੰਡੇ ਕਰਦੇ ਆ, ਸਾਰੇ ਚਲਾਨ ਮੁੰਡਿਆਂ ਦੇ ਕੱਟੇ ਜਾਂਦੇ ਆ, ਦਾਰੂ ਪੀ ਕੇ ਮੁੰਡੇ ਗੱਡੀ ਚਲਾਉਂਦੇ ਆ, ਬਿਨਾਂ ਦੇਖੇ ਮੁੰਡੇ ਗੱਡੀ ਚਲਾਉਂਦੇ ਆ, ਫੋਨ ਤੇ ਗੱਲਾਂ ਬਾਤਾਂ ਕਰਦੇ ਮੁੰਡੇ ਗੱਡੀ ਚਲਾਉਂਦੇ ਆ। ਹਾਂ ਇਹ ਵੀ ਗੱਲ ਸਹੀ ਹੈ। ਪਰ ਗੱਡੀ ਲੱਗਣੀ ਨਹੀਂ, ਅਸੀਂ ਪਤਾ ਕੁੜੀਆਂ ਕਿਵੇਂ ਗੱਡੀਆਂ ਚਲਾਉਂਦੀਆਂ ਨੇ, ਗੱਡੀਆਂ ਪਤਾ ਕਿਵੇਂ ਚਲਾਉਂਦੀਆਂ ਅਸੀਂ ਕੁੜੀਆਂ ਆਹੀਂ ਜਿਵੇਂ ਪਤਾ ਨਹੀਂ ਸਾਰੀ ਜ਼ਿੰਦਗੀ ਸਟੀਅਰਿੰਗ ਵੀਲ ਤੇ ਡੁੱਕੀ ਆ ਸਾਡੀ। ਮੇਰੀ ਸੀਟ ਇੰਨੀ ਅੱਗੇ ਹੁੰਦੀ ਆ ਨਾ ਕਨਸੈਂਟ੍ਰੇਸ਼ਨ ਲਈ। ਹੁਣ ਦੇਖੋ ਆਪ ਕਿਹੜਾ ਗਲਾ ਰਸ ਗਿਆ। ਕਹਿੰਦਾ ਕਹਿੰਦਾ ਮੈਂ ਤੁਹਾਡੀਆਂ ਲੱਤਾਂ ਆਉਂਦੀਆਂ ਕਿਵੇਂ? ਮੈਂ ਕਿਹਾ ਨੋ ਵੀਰੇ, ਵੀ ਹੈਵ ਟੂ ਡਰਾਈਵ। ਮੈਨੂੰ ਸਿਰਫ ਇਹਨਾਂ ਪਤਾ ਇੱਕ ਦਿਨ ਇਹਨੇ ਗੱਡੀ ਇਹ ਹੈ ਕਰਕੇ ਚਲਾਉਂਦੀ ਆ, ਇੱਕ ਦਿਨ ਇਹਨੇ ਗੱਡੀ ਚਲਾਉਂਦੀ ਚਲਾਉਂਦੀ ਨੇ ਆਪਦੀ ਬ੍ਰੇਕ ਵੀ ਫੇਲ ਕਰ ਲਈ ਸੀ। ਮੈਂ ਨਹੀਂ ਕੀਤੀ, ਉਹ ਕੋਈ ਹੋਰ ਗੱਡੀ ਸੀ ਹੋਈ ਸੀ, ਮੈਂ ਬਾਈ ਚਾਂਸ ਉਹ 'ਚ ਬੈਠੀ ਨਹੀਂ ਸੀ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।